ਦੇ ਆਪਕ ਸਾਥਿਓ ਤੇ ਪਿਆਰੇ ਬੱਚਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਕਰਾਂਗੇ 28 ਨਵੰਬਰ ਦੀ ਮਾਰਨਿੰਗ ਸਲਾਈਡ ਤੇ ਪਿਛਲੀ ਮਾਰਨਿੰਗ ਸਲਾਈਡ ਜਿਹੜੀਆਂ ਹੈਗੀਆਂ ਉਹ ਆਪਣੇ ਚੈਨਲ ਤੇ ਹੈਗੀਆਂ ਜੇ ਕਿਸੇ ਨੇ ਨਹੀਂ ਦੇਖਿਆ ਤਾਂ ਉਹ ਦੇਖ ਸਕਦੇ ਹੋ ਹੁਣ ਆਪਾਂ ਕਰਾਂਗੇ 28 ਨਵੰਬਰ ਦੀ ਮਾਰਨਿੰਗ ਸਲਾਈਡ ਅੱਜ ਦਾ ਦਿਨ ਮੰਗਲਵਾਰ ਅੱਜ ਦੀ ਮਿਤੀ 28 ਨਵੰਬਰ 2023 ਪਿਆਰੇ ਬੱਚੋ ਅੱਜ ਦਾ ਵਿਚਾਰ ਹੈ ਤੰਦਰੁਸਤ ਸਰੀਰ ਅੰਦਰ ਤੰਦਰੁਸਤ ਮਨ ਹੁੰਦਾ ਹੈ ਤਾਂ ਪਿਆਰੇ ਬੱਚੋ ਜੇ ਆਪਣਾ ਸਰੀਰ ਤੰਦਰੁਸਤ ਹੁੰਦਾ ਹੈ ਤਾਂ ਹੀ ਆਪਣਾ ਜਿਹੜਾ ਪੜ੍ਹਾਈ ਕਰਨ ਨੂੰ ਜਾਂ ਕੋਈ ਵੀ ਆਪਣਾ ਗੇਮ ਕਰਨ ਨੂੰ ਜਿਹੜਾ ਮਨ ਕਰਦਾ ਹੈ ਜੇ ਆਪਣਾ ਸਰੀਰ ਤੰਦਰੁਸਤ ਨਹੀਂ ਹੋਵੇਗਾ ਤਾਂ ਆਪਣਾ ਕੋਈ ਵੀ ਕੰਮ ਕਰਨ ਨੂੰ ਮਨ ਨਹੀਂ ਕਰੇਗਾ ਇਸ ਕਰਕੇ ਸਰੀਰ ਨੂੰ ਤੰਦਰੁਸਤ ਰੱਖਣਾ ਬਹੁਤ ਜ਼ਰੂਰੀ ਹੈ ਤੇ ਹਮੇਸ਼ਾ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ ਜਦੋਂ ਵੀ ਤੁਹਾਨੂੰ ਹੁਣ ਸਰਦੀਆਂ ਆ ਗਈਆਂ ਤੇ ਸਰਦੀ ਦੇ ਵਿੱਚ ਜਿਹੜੇ ਗਰਮ ਕੱਪੜੇ ਵਗੈਰਾ ਪਾ ਕੇ ਰੱਖਿਆ ਕਰੋ ਹੁਣ ਆਪਾਂ ਕਰਦੇ ਹਾਂ ਅੱਗੇ ਜਿਹੜੇ ਅੱਜ ਦੇ ਕੁਐਸਚਨ ਅੱਜ ਦਾ ਪਹਿਲਾ ਕੁਐਸਚਨ ਹਿੰਦ ਦੀ ਚਾਦਰ ਕਿਹੜੇ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਹੈ ਤਾਂ ਪਿਆਰੇ ਬੱਚਿਓ ਇਹ ਕਿਹਾ ਜਾਂਦਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਜਿਹੜੇ ਕੀ ਆਪਣੇ ਸਿੱਖਾਂ ਦੇ ਨੌਵੇਂ ਗੁਰੂ ਹੋਏ ਹੈ ਦੂਸਰਾ ਕੁਐਸਚਨ ਆ ਗਿਆ ਹੈ ਭਾਰਤ ਦਾ ਰਾਸ਼ਟਰੀ ਪੰਛੀ ਕਿਹੜਾ ਹੈ ਤਾਂ ਪਿਆਰੇ ਬੱਚੋ ਉਹ ਹੈ ਮੋਰ ਤੀਸਰਾ ਕੁਐਸਚਨ ਹੈ ਰਾਸ਼ਟਰੀ ਖੇਡ ਦਿਵਸ ਕਦੋਂ ਮਨਾਇਆ ਜਾਂਦਾ ਹੈ ਤਾਂ ਪਿਆਰੇ ਬੱਚੋ ਇਹ ਮਨਾਇਆ ਜਾਂਦਾ ਹੈ 29 ਅਗਸਤ ਨੂੰ ਅਗਲਾ ਕੁਐਸਚਨ ਰੋਮਨ ਅੰਕ ਪ੍ਰਣਾਲੀ ਵਿੱਚ 290 ਕਿਵੇਂ ਲਿਖਿਆ ਜਾਂਦਾ ਹੈ ਤੇ ਉਹ ਬਾਰੇ ਬੱਚੋ ਆਪਾਂ ਇੰਗਲਿਸ਼ ਦੇ ਵਰਡ ਵਿੱਚ ਲਿਖਾਂਗੇ ਸੀ ਸੀ ਐਕਸ ਸੀ ਅਗਲਾ ਕੁਐਸਚਨ ਲੀਪ ਦੇ ਸਾਲ ਵਿੱਚ ਕਿੰਨੇ ਦਿਨ ਹੁੰਦੇ ਹਨ ਤਾਂ ਪਿਆਰੇ ਬੱਚੋ ਲੀਪ ਦੇ ਸਾਲ ਵਿੱਚ ਜਿਹੜੇ ਹੁੰਦੇ ਆ ਉਹ ਹੁੰਦੇ ਆ 366 ਦਿਨ ਤੇ ਨਾਰਮਲ ਸਾਲ ਦੇ ਵਿੱਚ ਹੁੰਦੇ ਆ 365 ਸਹੀ 1/4 ਤੇ ਲੀਪ ਦਾ ਸਾਲ ਕਿੰਨੇ ਸਾਲ ਬਾਅਦ ਆਉਂਦਾ 4 ਸਾਲ ਬਾਅਦ ਹੁਣ ਆਪਾਂ ਕਰਦੇ ਹਾਂ ਅੱਗੇ ਆਓ ਬੁਝਿਏ ਸੋਨੂ ਦੇ ਪਾਪਾ ਦੇ ਚਾਰ ਬੱਚੇ ਪਹਿਲਾ ਚਵਾਨੀ ਦੂਜਾ ਅਠਿਆਨੀ ਤੀਸਰਾ ਰੁਪਈਆ ਤੇ ਚੌਥੇ ਦਾ ਨਾਮ ਦੱਸੋ ਤਾਂ ਪਿਆਰੇ ਬੱਚੋ ਚੌਥੇ ਦਾ ਨਾਮ ਕੀ ਹੈ ਸੋਨੂ ਤਾਂ ਹੁਣ ਆਪਾਂ ਕਰਦੇ ਹਾਂ ਅੱਗੇ ਅੱਜ ਦੇ ਇੰਗਲਿਸ਼ ਦੇ ਵਰਡ ਅੱਜ ਦਾ ਪਹਿਲਾ ਜਿਹੜਾ ਇੰਗਲਿਸ਼ ਦਾ ਵਰਡ ਹੈਗਾ ਉਹ ਹੈਗਾ ਪਲੇਨ ਪੀ ਐਲ ਏ ਆਈ ਐਨ प्लेन ਕੀ ਹੁੰਦਾ ਹੈ ਪੱਧਰਾ ਜਿੱਥੇ ਕੋਈ ਜਗ੍ਹਾ ਬਿਲਕੁਲ ਐ ਪੱਧਰੀ ਹੁੰਦੀ ਹੈ ਉਹਨੂੰ ਆਪਾਂ ਕੀ ਕਹਿ ਦਿੰਨੇ ਆ ਪਲੇਨ ਜਗ੍ਹਾ ਹੈ ਦੂਸਰਾ ਹੈਗਾ ਬ੍ਰੇਨ ਬੀ ਆਰ ਏ ਆਈ ਐਨ ਬ੍ਰੇਨ ਕੀ ਹੁੰਦਾ ਹੈ ਦਿਮਾਗ ਤੀਸਰਾ ਚੇਨ ਸੀ ਐਚ ਏ ਆਈ ਐਨ ਚੇਨ ਚੇਨ ਕੀ ਹੁੰਦੀ ਹੈ ਜੰਜੀਰ ਚੈਨੀ ਜੋ ਆਪਾਂ ਕੋਈ ਗੱਲ ਚ ਪਾ ਲੈਨੇ ਆ ਉਹਨੂੰ ਵੀ ਆਪਾਂ ਚੇਨ ਕਹਿ ਦਿੰਨੇ ਆ ਤੇ ਜਾਂ ਕੋਈ ਜਿਹੜੀ ਕਿਸੇ ਚੀਜ਼ ਦੇ ਸਾਹਮਣੇ ਵਾਰਡ ਲੱਗੀ ਹੁੰਦੀ ਹੈ ਉਹਦੇ ਵਿੱਚ ਵੀ ਆਪਾਂ ਲੋਹੇ ਦੀ ਜਿਹੜੀ ਚੇਨ ਲਾ ਦਿੰਦੇ ਆ ਤੀਸਰਾ ਹੈਗਾ ਗ੍ਰੇਨ ਜੀ ਆਰ ਏ ਆਈ ਐਨ ਗ੍ਰੇਨ ਗ੍ਰੇਨ ਕੀ ਹੁੰਦਾ ਅਨਾਜ ਅਨਾਜ ਕੀ ਆ ਜਾਂਦੇ ਜਿਵੇਂ ਦਾਲਾਂ ਕਣਕ ਚੌਲ ਇਹ ਸਾਰਾ ਕੀ ਹੈ ਅਨਾਜ ਅੱਗੇ ਹੈਗਾ ਸਟੇਨ ਸਟੇਨ ਐਸ ਟੀ ਏ ਆਈ ਐਨ ਸਟੇਨ ਕੀ ਹੁੰਦਾ ਦਾਗ ਤਾਂ ਪਿਆਰੇ ਬੱਚੋ ਏਸੀ ਅੱਜ ਦੀ ਮਾਰਨਿੰਗ ਸਲਾਈਡ ਤਿਹਾਰ ਰੋਜ਼ ਦੀ ਤਰਾ ਦੇ ਆਪਕ ਸਾਥੀਆਂ ਨੂੰ ਬੇਨਤੀ ਹੈ ਕਿ ਇਹ ਜਿਹੜੀ ਮਾਰਨਿੰਗ ਸਲਾਈਡ ਬੱਚਿਆਂ ਦੇ ਵਟਸਐਪ ਗਰੁੱਪ 'ਚ ਜ਼ਰੂਰ ਸ਼ੇਅਰ ਕਰਾਇਆ ਕਰੋ ਤਾਂ ਜੋ ਬੱਚੇ ਘਰ ਤੋਂ ਹੀ ਮਾਰਨਿੰਗ ਸਲਾਈਡ ਨੂੰ ਕਰਕੇ ਆਉਣ ਥੈਂਕ ਯੂ ਜੀ